ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਗੰਭੀਰ ਦੋਸ਼ਾਂ ਦੇ ਵਿੱਚ ਨੇ। ਪ੍ਰਦੀਪ ਕਲੇਰ ਨੇ ਦੋਸ਼ ਲਾਏ ਨੇ ਕਿ ਲੁੱਕ ਕੇ ਡੇਰਾ ਮੁਖੀ ਦੇ ਨਾਲ ਮੀਟਿੰਗਾਂ ਕਰਦੇ ਰਹੇ ਨੇ। ਹੁਣ ਕੀ ਪੂਰਾ ਮਾਮਲਾ ਜੀ ਦੁਬਾਰਾ ਤੋਂ ਫਿਰ ਹਨੇਰੇ ਚ ਮੁਲਾਕਾਤਾਂ ਦੇ ਦੋਸ਼? ਤੁਹਾਨੂੰ ਪਤਾ ਹੁਣ ਤੁਸੀਂ ਸਾਨੂੰ ਪੂਰੀ ਜਾਣਕਾਰੀ ਦਿਓਗੇ ਰਾਤਾਂ ਨੂੰ ਕਰਦੇ ਕਿਵੇਂ ਕਰਦੇ? ਕੀ ਜਾਣਕਾਰੀ ਦੇਣੀ ਆ, ਇਹ ਜਾਣਕਾਰੀ ਤੇ ਹੁਣ ਅਕਾਲੀਆਂ ਨੂੰ ਵੀ ਹੋ ਗਈ ਆ। ਅਕਾਲੀ ਦੇਖੋ ਸੰਕਟ ਦੇ ਵਿੱਚ ਹੈ ਇਸ ਵੇਲੇ ਅਕਾਲੀ ਦਲ ਬਾਦਲ ਜੀ। ਇਹ ਸਾਰਾ ਕੁਛ ਜਿਹੜਾ ਪ੍ਰਦੀਪ ਕਲੇਰ ਨੇ ਬੋਲਿਆ, ਦੇਖੋ ਇਹਨੂੰ ਦੋ ਹਿੱਸਿਆਂ 'ਚ ਵੇਖ ਕੇ ਚੱਲੋ ਜੀ। ਦੋ ਹਿੱਸੇ ਕੀ ਆ, ਅਤੇ ਜਿਹੜਾ ਅਕਸਰ ਆਪਾਂ ਕਹਿ ਲਈਏ ਕਿ ਸਾਡਾ ਪੈਮਾਨਾ ਘੱਟੋ ਘੱਟ ਇਹ ਹੁੰਦਾ ਕਿ ਅਸੀਂ ਦੋਵੇਂ ਪਾਸੇ ਦੀ ਗੱਲ ਕਰਦੇ ਚੱਲੀਏ ਜੀ। ਦੋ ਪਾਸੇ ਜਾਂ ਦੋ ਪੱਖ ਤੋਂ ਇਹ ਕਹਾਣੀ ਕਿਵੇਂ ਹੈ, ਇਹਨੂੰ ਦੋ ਪਾਰਟ 'ਚ ਕਰਦੇ? ਬਿਲਕੁਲ ਬਿਲਕੁਲ। ਪਹਿਲੀ ਮਾਫ਼ੀ ਅਤੇ ਦੂਜਾ ਬੇਅਦਬੀ। ਬੇਅਦਬੀ ਹੁਣ ਜਿਹੜੀ ਬੇਅਦਬੀ ਹੋਈ ਆ ਜਿਹਨੇ ਸਾਡਾ ਕਹਿ ਲਓ ਕਿ ਪੰਜਾਬ ਜਿਹੜਾ ਸੀਗਾ ਨਾ ਸਾਡੀ ਰੂਹ 'ਤੇ ਜ਼ਖਮ ਦਿੱਤਾ ਜੀ। ਬਿਲਕੁਲ ਬਿਲਕੁਲ। ਜਿਸਨੇ ਕਹਿ ਲਓ ਕਿ ਇਸ ਪੰਜਾਬ ਨੂੰ ਇੱਕ ਵੱਖਰੀ ਦਿਸ਼ਾ ਵੱਲ ਹੀ ਲਿਜਾਣਾ ਸ਼ੁਰੂ ਕਰ ਦਿੱਤਾ ਜੀ। ਬਹੁਤ ਕੁਛ ਬਦਲਿਆ ਉਸ ਤੋਂ ਬਾਅਦ, ਇਹਦਾ ਡੀਪਲੀ ਆਪਾਂ ਐਨਾਲਿਸਿਸ ਕਰਾਂਗੇ। ਤਾਂ ਗੱਲ ਇਹ ਆ ਕਿ ਹੁਣ ਤੁਸੀਂ ਇਹ ਵੇਖੋ ਕਿ ਪ੍ਰਦੀਪ ਕਲੇਰ ਹੈ ਜਿਹੜਾ, ਉਹ ਜਦੋਂ ਗੱਲ ਕਰ ਰਿਹਾ, ਮੈਂ ਉਹਨੂੰ ਪਿਛਲੇ ਇੱਕ ਦੋ ਦਿਨ ਤੋਂ ਸੁਣ ਰਿਹਾ, ਬੇਅਦਬੀ ਦੇ ਮਾਮਲੇ 'ਚ ਉਹ ਪਿਓ ਦਾ ਪੁੱਤ ਇੱਕ ਵੀ ਸ਼ਬਦ ਨਹੀਂ ਬੋਲਦਾ, ਠੀਕ ਹੈ ਜੀ। ਅਤੇ ਉੱਧਰੋਂ ਅਕਾਲੀ ਜਿਹੜੇ ਆ ਉਹ ਕਹਿੰਦੇ ਮਾਫ਼ੀ ਵਾਲੇ ਪਾਸੇ ਨਹੀਂ ਆਉਣਾ, ਇਹਨੂੰ ਦੱਸੋ ਕਿ ਇਹ ਬੇਅਦਬੀ 'ਤੇ ਕਿਉਂ ਨਹੀਂ ਬੋਲਦਾ, ਮਤਲਬ ਕਿ ਉੱਧਰ ਛੱਡ ਰਿਹਾ ਕੰਮ ਜਿਹੜਾ ਉਹ ਫਸਮਾ ਹੋ ਜਾਂਦਾ। ਖੈਰ ਚਲੋ, ਆਪਾਂ ਸਭ ਤੋਂ ਪਹਿਲਾਂ ਜੋ ਇਹ ਬਿਆਨ ਆ ਰਹੇ ਆ ਕਲੇਰ ਵੱਲੋਂ ਜੀ ਜੀ, ਇਹਨਾਂ ਦੀ ਗੱਲ ਕਰ ਲਈਏ। ਹੁਣ ਉਹਨੇ ਸਭ ਤੋਂ ਵੱਡਾ ਇੰਕਸ਼ਾਫ ਤੇ ਜਿਹੜਾ ਕੀਤਾ ਉਹ ਇਹੋ ਆ ਕਿ ਸੁਖਬੀਰ ਸਿੰਘ ਬਾਦਲ 12 'ਚ ਵੀ ਮਿਲਿਆ, 17 'ਚ ਵੀ ਮਿਲਿਆ, ਚੋਰੀ ਚੋਰੀ ਮਿਲਦਾ ਰਿਹਾ। ਇੱਕ ਵਾਰੀ ਸਵਿਫਟ ਗੱਡੀ ਦਾ ਕਹਿ ਰਿਹਾ ਸੀ, ਇੱਕ ਵਾਰੀ ਸ਼ਾਇਦ ਆਡੀ ਗੱਡੀ ਦਾ ਕਹਿ ਰਿਹਾ ਕਿ ਇਸ ਤਰ੍ਹਾਂ ਆਪਣੇ ਚਾਰਟਰ ਰਾਹੀਂ ਇਹ ਪਹੁੰਚਿਆ ਸੀਗਾ। ਅਸਲ ਦੇ ਵਿੱਚ ਕਲੇਰ ਦਾ ਦਾਵਾ ਜਿਹੜਾ ਆ ਉਹ ਇਹ ਆ ਕਿ ਅਸੀਂ ਖੁਦ ਵੀ ਸਫਤਰਗੰਜ ਜਿਹੜਾ ਇਹਨਾਂ ਦਾ ਕੋਈ ਸੀਗਾ ਉਦੋਂ ਬੀਬਾ ਬਾਦਲ ਦੇ ਕੋਲ ਮਕਾਨ ਜਿਹੜਾ ਉਹ ਸਰਕਾਰੀ ਤੌਰ 'ਤੇ ਸ਼ਾਇਦ ਮਿਲਿਆ ਹੋਵੇ ਕਿ ਅਸੀਂ ਉਹਦੇ ਵਿੱਚ ਜਾ ਕੇ ਮਿਲੇ ਹਾਂ। ਉੱਥੇ ਜਾ ਕੇ ਇਹ ਗੱਲ ਕਹੀ ਗਈ ਆ ਕਿਉਂਕਿ ਹਨੀਪ੍ਰੀਤ ਨੇ ਚਿੰਤਾ ਜਤਾਈ ਕਿ ਆਪਣਾ ਤਾਂ ਫਿਲਮ ਵਾਲਾ ਬਿਜ਼ਨਸ ਹੈ ਜਿਹੜਾ 200-300 ਕਰੋੜ ਦਾ ਨੁਕਸਾਨਿਆ ਜਾਂ। ਬਿਲਕੁਲ। ਅਤੇ ਹਰਸ਼ ਧੂਰੀ ਕਿਉਂਕਿ ਉਹ ਪੰਜਾਬ ਵਹਿੰਦਾ ਸੀ, ਇਹਨਾਂ ਦਾ ਸਾਥੀ ਸੀਗਾ ਜਿਹੜਾ, ਹਾਲੇ ਵੀ ਮੈਨੂੰ ਲੱਗਦਾ ਭਗੌੜਾ ਆ, ਹਰਸ਼ ਧੂਰੀ ਅਤੇ ਰਕੇਸ਼ ਦਿੜਬਾਂਗਲਾ ਸਿਆਸੀ ਆਗੂ ਸੀ ਡੇਰੇ? ਨਹੀਂ ਨਹੀਂ, ਇਹ ਡੇਰੇ ਦੇ, ਹਾਂਜੀ ਡੇਰੇ ਦੇ ਕਹਿ ਲਓ ਕਿ ਸਿਆਸੀ ਵਿੰਗ ਵੀ ਦੇਖਦੇ ਸੀਗੇ ਨਾਲ, ਕਹਿ ਲਓ ਕਿ ਜਿਹੜੇ ਹੁੰਦੇ ਨੇ ਮੋਹਤਬਰ ਕਿਸੇ ਵੀ ਸੰਸਥਾ ਦੇ ਜਾਂ, ਉਹ ਸਾਰੇ ਸੀਗੇ। ਅਤੇ ਉਹ ਕਹਿੰਦਾ ਕਿ ਅਸੀਂ ਜਾ ਕੇ ਉੱਥੇ ਮਿਲੇ ਹਾਂ, ਟਾਈਮ ਲੈ ਲਿਆ ਜੀ ਧੂਰੀ ਨੇ ਕਿਉਂਕਿ ਧੂਰੀ ਪੰਜਾਬ ਦੇਖਦਾ ਸੀਗਾ, ਅਸੀਂ ਉੱਥੇ ਗਏ ਹਾਂ। ਅਸੀਂ ਆਖਿਆ ਵੀ ਹਾਂ ਜੀ, ਅਤੇ ਆਹ ਗੱਲ ਆ, ਕਰੋ ਹੁਣ ਹੈਲਪ, ਤੁਹਾਡੀ ਅਸੀਂ ਹੈਲਪ ਕਰਦੇ ਰਹੇ ਜੀ। ਉਹ ਕਹਿੰਦਾ ਜੀ ਬਸ ਕੋਈ ਗੱਲ ਨਹੀਂ ਹੈ, ਸੁਖਬੀਰ ਸਿੰਘ ਬਾਦਲ ਉਹਦੇ ਦੱਸਣ ਮੁਤਾਬਕ ਕਿ ਜਿਵੇਂ ਤੁਹਾਡਾ ਬਾਬਾ ਹੈ ਪੰਜਾਬ ਦਾ ਬਾਬਾ ਮੈਂ ਹਾਂ, ਬਸ ਕਰਨਾ ਕੁਛ ਨਹੀਂ, ਬਸ ਤੁਸੀਂ ਇੱਕ ਫਾਰਮੈਲਿਟੀ ਕਰੋ ਜੀ, ਉਹਦੇ ਤੋਂ ਸਪਸ਼ਟੀਕਰਨ ਜਾਂ ਦੇਣਾ ਪਊਗਾ, ਫਿਰ ਬਾਕੀ ਕੰਮ ਬਾਬਿਆਂ 'ਤੇ ਛੱਡ ਦਿਓ, ਠੀਕ ਹੈ। ਉਹਦੀ ਵਰਡਿੰਗ ਹੈ ਜੀ ਜੀ, ਉਹਦੀ ਵਰਡਿੰਗ ਆ, ਕੀ ਕਰੀਏ ਹੁਣ ਦੱਸੋ। ਅੱਛਾ, ਉਹ ਤੋਂ ਬਾਅਦ ਫਿਰ ਉਹ ਕਹਿੰਦੇ ਕਿ ਇਹ ਸਾਰਾ ਕੁਛ ਜਿਹੜਾ ਉਹ ਲਿਖਿਆ ਜਾਂਦਾ ਜੀ, ਇਹ ਗੱਲਾਂ ਜਿਹੜੀਆਂ ਨੇ ਉਹ ਮਾਫ਼ੀ ਜਿਹੜੀ ਦਿੱਤੀ ਗਈ ਸੀ ਜੀ ਜੀ, ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਜਿਹੜੇ ਉਹ ਸਿੰਘ ਸਾਹਿਬਾਨ ਸੀ ਉਸ ਵੇਲੇ। ਅਤੇ ਉਹ ਕਹਿੰਦੇ ਕਿ ਉਸ ਤੋਂ ਬਾਅਦ ਅਸੀਂ ਉਹ ਟਾਈਪ ਕੀਤਾ, ਹਿੰਦੀ 'ਚ ਟਾਈਪ ਕੀਤਾ, ਥੱਲੇ ਪਿੰਨ ਦੇ ਨਾਲ ਹੀ ਹਰਸ਼ ਧੂਰੀ ਨੇ ਲਿਖ ਦਿੱਤਾ
ਜੀ ਗੁਰਮੀਤ ਰਾਮ ਰਹੀਮ ਇੰਸਾ ਡੇਰਾ ਸੱਚਾ ਸੌਦਾ ਜੀ ਜੀ ਅਤੇ ਉਹ ਕਹਿੰਦੇ ਕਿ ਥੋੜ੍ਹੀ ਜਿਹੀ ਸਪੇਸ ਬਚ ਗਈ ਸੀ ਇਹਨਾਂ ਨੇ ਕੀ ਕੀਤਾ ਕਿ ਇੱਕ ਤਾਂ ਜਦੋਂ ਫਿਰ ਚੰਡੀਗੜ੍ਹ ਆ ਕੇ ਮਿਲੇ ਹਾਂ ਇਹਨਾਂ ਨੇ ਕੀਤਾ ਆ ਕਿ ਦਲਜੀਤ ਸਿੰਘ ਚੀਮਾ ਨੂੰ ਬੁਲਾਇਆ ਗਿਆ ਅਤੇ ਉੱਥੇ ਫਿਰ ਇੱਕ ਜਿਹੜੀ ਸਪੇਸ ਬਚਦੀ ਸੀ ਕਿਉਂਕਿ ਕਿਤੇ ਵੀ ਡੇਰਾ ਮੁਖੀ ਨੇ ਮਾਫ਼ੀ ਨਹੀਂ ਸੀ ਮੰਗੀ ਜੀ ਅਤੇ ਇਹਨਾਂ ਨੇ ਉੱਥੇ ਚੱਕ ਕੇ ਉਹ ਜਿਹੜਾ ਸਪੇਸ ਬਚਦਾ ਸੀ ਉਹਦੇ 'ਤੇ ਖਿਮਾ ਯਾਚਨਾ ਲਿਖ ਦਿੱਤੀ ਠੀਕ ਹੈ ਜੀ ਉਹ ਕਹਿੰਦੇ ਜੀ ਬਸ ਆਹ ਕਹਾਣੀ ਬਣੀ ਆ ਮਤਲਬ ਕਿ ਉਹਨੇ ਸੁੱਟ ਸੁੱਟ ਦਿੱਤੀ ਸੁਖਬੀਰ ਸਿੰਘ ਬਾਦਲ 'ਤੇ ਕਿ ਇਹ ਇੱਕ ਤਰ੍ਹਾਂ ਨਾਲ ਡੀਲ ਸੀ ਜੀ ਡੀਲ ਇਉਂ ਸੀਗੀ ਕਿ ਬਈ ਅਸੀਂ ਇਹਨਾਂ ਦੀ ਹੈਲਪ ਕਰਦੇ ਸੀ ਉਹ ਤਾਂ ਇਲੈਕਸ਼ਨ ਵੀ ਗਣਾਉਂਦਾ ਅਤੇ ਬਦਲੇ ਦੇ ਵਿੱਚ ਇਹਨਾਂ ਨੇ ਸਾਨੂੰ ਫਿਲਮ ਰਿਲੀਜ਼ ਵਾਸਤੇ ਇੱਕ ਰਸਤਾ ਦਿੱਤਾ ਜੀ ਹੁਣ ਅਕਾਲੀ ਦਲ ਬਾਦਲ ਵਾਲੇ ਇੱਕ ਤਾਂ ਉਹ ਜਿਹੜੇ ਦਿਨ ਦੱਸ ਰਿਹਾ 2 ਫਰਵਰੀ ਸ਼ਾਇਦ ਕਿ ਉਹ ਲੰਬੀ ਚੋਦਨ ਰੋਡ ਸ਼ੋਅ ਸੀ ਸ਼ੋਅ ਸੀ ਜੀ ਅਰਸ਼ਦੀਪ ਕਲੇਅਰ ਜਿਹੜੇ ਇਹਨਾਂ ਦੇ ਤਰਸਮਾਨ ਆ ਉਹ ਡੇਟ 'ਤੇ ਸਵਾਲ ਚੁੱਕਦੇ ਉਹ ਕਹਿੰਦਾ ਜੀ 9 ਵਜੇ ਦਾ ਦੱਸੋ ਮੈਨੂੰ 9 ਵਜੇ ਕਿੱਥੇ ਸਨ ਸੁਖਬੀਰ ਸਿੰਘ ਜੀ ਰਾਤ ਨੂੰ 9 ਵਜੇ 9 ਵਜੇ ਕਿੱਥੇ ਸਨ ਨਹੀਂ ਤਾਂ ਮੈਂ ਦੱਸਾਂਗਾ ਸੁਖਬੀਰ ਸਿੰਘ ਬਾਦਲ ਨੂੰ ਉਹ ਤਾਂ ਕਿਸੇ ਦੂਜੇ ਨਾਲ ਗੱਲ ਕਰਕੇ ਰਾਜੀ ਨਹੀਂ ਕਹਿੰਦਾ ਕਿ ਕੌਣ ਬਲਟੋ ਆ ਕੌਣ ਕਲੇਅਰ ਵੀ ਸੁਖਬੀਰ ਸਿੰਘ ਬਾਦਲ ਆਵੇ ਮੇਰੇ ਸਾਹਮਣੇ ਮੈਂ ਦੱਸ ਦੂੰ ਕਿਹੜੇ ਲੀੜੇ ਪਾਏ ਸੀ ਜੀ ਕਿਵੇਂ ਦਾ ਬਈ ਮਾਹੌਲ ਸੀ ਸਾਰਾ ਕੁਛ ਦੱਸੂੰਗਾ ਤਾਂ ਯਾਨੀ ਇੱਥੇ ਆ ਕੇ ਕਰਾਰੀ ਫਸ ਗਈ ਆ ਸੁਖਬੀਰ ਸਿੰਘ ਬਾਦਲ ਉਹ ਕਹਿੰਦੇ ਕਿ ਮਿਲਦੇ ਰਹੇ ਚੋਰੀ 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 ਚੁੱਪ ਕੇ ਚੁੱਪ ਮੁਲਾਕਾਤਾਂ ਹੋਊਗੀ ਬਿਲਕੁਲ ਤਾਂ ਜਾਂ ਮੈਂ ਬਾਤਾਂ ਹੋਊਗੀ ਵੇਖੋ ਇਹ ਰੌਲਾ ਬਹੁਤ ਲੰਬੇ ਸਮੇਂ ਤੋਂ ਚੱਲਦਾ ਪਿਆ ਜੀ ਆ ਜਿਹੜੇ ਰਾਜਦੇਵ ਸਿੰਘ ਖਾਲਸਾ ਹੈ ਨਾ ਹਾਂਜੀ ਇਹਨਾਂ ਨੇ ਵੀ ਇੱਕ ਵਾਰੀ ਇੱਦਾਂ ਦਾ ਹੀ ਖੁਲਾਸਾ ਕੀਤਾ ਸੀਗਾ ਜੀ ਫਿਰ ਇਸ ਤੋਂ ਇਲਾਵਾ ਹਰਬੰਸ ਸਿੰਘ ਜਲਾਲ ਆ ਗਿਆ ਮਤਲਬ ਕਿ ਕਈ ਇਸ ਤਰ੍ਹਾਂ ਦੇ ਰੌਲੇ ਪਏ ਕਿਤੇ ਕਿਹਾ ਗਿਆ ਕਿ 100 ਕਰੋੜ ਦੀ ਡੀਲ ਹੋਈ ਆ ਕਿਤੇ ਕੁਛ ਕਿਤੇ ਕੁਛ ਪਰ ਗੱਲ ਇਹ ਆ ਕਿ ਜੋ ਪ੍ਰਦੀਪ ਕਲੇਅਰ ਕਹਿ ਰਿਹਾ ਜੀ ਉਹ ਕਹਿ ਰਿਹਾ ਕਿ ਮੈਂ ਆਈ ਵਿਟਨੈਸ ਹਾਂ ਸੁਖਬੀਰ ਸਿੰਘ ਬਾਦਲ ਮੇਰੇ ਸਾਹਮਣੇ ਬਹਿ ਜੇ ਜਿਹਨੇ ਵੀ ਮੈਨੂੰ ਬੁਲਾਉਣਾ ਬੁਲਾ ਲਵੇ ਮੈਂ ਸਾਰਾ ਕੁਛ ਉੱਥੇ ਦੱਸ ਦੇਵਾਂਗਾ ਪਰ ਕੋਈ ਮਤਲਬ ਕਿ ਐਵੀਡੈਂਸ ਐਸਾ ਨਹੀਂ ਹੈ ਜੀ ਜਿਹਦੇ ਆਧਾਰ 'ਤੇ ਆਪਾਂ ਕਹਿ ਲਈਏ ਕਿ ਇਹ ਚੀਜ਼ ਤਸਦੀਕ ਹੁੰਦੀ ਹੈ ਪੁਖਤਾ ਤੌਰ 'ਤੇ ਆਪਾਂ ਕਹਿ ਲਈਏ ਪ੍ਰਮਾਣਿਤ ਹੁੰਦੀ ਆ ਜੀ ਕਿ ਜਿੱਦਾਂ ਕੋਈ ਫੁਟੇਜ ਵਗੈਰਾ ਹੁੰਦੀ ਆ ਜਾਂ ਕੋਈ ਓਫੀਸ਼ਲੀ ਕਿਸੇ ਨਾਲ ਮੁਲਾਕਾਤ ਦਾ ਰਿਕਾਰਡ ਹੁੰਦਾ ਜਾਂ ਜਿਹੜੀ ਇਹਨਾਂ ਦੀ ਸਿਕਿਉਰਿਟੀ ਆ ਉਹਦੀ ਮੂਵਮੈਂਟ ਹੈ ਜੀ ਜਾਂ ਇਹ ਵਗੈਰਾ ਵਗੈਰਾ ਕੋਈ ਇਹਨਾਂ ਦੇ ਚਾਰਟਰ ਦਾ ਕੋਈ ਉਸ ਦਿਨ ਦਾ ਦੋ ਗੱਲਾਂ ਹੀ ਸਮਝ ਆ ਰਹੀਆਂ ਨੇ ਜੀ ਇੱਕ ਇਹ ਹੋ ਸਕਦਾ ਕਿ ਕੋਈ ਸਬੂਤ ਨਾ ਹੀ ਹੋਵੇ ਇੱਕ ਇਹ ਵੀ ਹੋ ਸਕਦਾ ਕਿ ਸ਼ਾਇਦ ਉਹ ਅਜੇ ਜਾਣ ਬੁੱਝ ਕੇ ਨਾ ਦਿਖਾ ਰਹੇ ਹੋਣ ਹੈ ਨਾ ਜੀ ਦੇਖੋ ਹਾਲੇ ਕਹਿ ਲਓ ਕਿ ਬਈ ਕੁਝ ਨਹੀਂ ਕਿਹਾ ਜਾ ਸਕਦਾ ਜੀ ਇਹ ਉਹਦਾ ਦਾਵਾ ਹੈ ਅਤੇ ਹੁਣ ਜਿਹੜੀ ਗੱਲ ਮੈਂ ਇਹਦੇ ਬਾਰੇ ਕਹਿਣੀ ਚਾਹੁੰਦਾ ਕਲੇਅਰ ਬਾਰੇ ਜੀ ਉਹ ਹੁਣ ਮਾਫ਼ੀ ਤੋਂ ਹੀ ਸ਼ੁਰੂ ਕਰ ਲਾਂਗੇ ਆਪਾਂ ਕਿਉਂਕਿ ਦੇਖੋ ਮਾਫ਼ੀ ਜਿਹੜੀ ਹੈ ਨਾ ਮਾਫ਼ੀ ਵਾਲਾ ਮੈਂ ਤੁਹਾਨੂੰ ਕਹਿ ਲਓ ਕਿ ਚੈਪਟਰ ਸਾਰਾ ਦੱਸ ਦਿੰਦਾ ਜੀ ਕਿ ਦਰਅਸਲ ਏਡਾ ਕਲੇਅਰ ਜਿਹੜਾ ਕਲੈਵਰ ਬੰਦਾ ਹੈ ਇਹਦਾ ਜਿਹੜਾ ਨਾ ਬਿਆਨ ਮੈਂ ਕੱਢਿਆ ਹਾਲਾਂਕਿ ਮੈਨੂੰ ਡਾਕੂਮੈਂਟ ਨਹੀਂ ਮਿਲਿਆ ਆਪਣੀ ਆਦਤ ਹੈ ਕਿ ਆਪਾਂ ਹਰੇਕ ਚੀਜ਼ ਨੂੰ ਪਹਿਲਾਂ ਚੇਤਾ ਦੇ ਪੁਖਤਾ ਤਰੀਕੇ ਚਲੋ ਕਿਤੇ ਮੁਲਾਕਾਤ ਦਾ ਮੌਕਾ ਮਿਲਿਆ ਨਾ ਇੰਟਰਵਿਊ ਦਾ ਮਿਲਿਆ ਅਤੇ ਫਿਰ ਥੋੜ੍ਹਾ ਹੋਰ ਜ਼ੋਰ ਅਜ਼ਮਾਇਸ਼ ਕਰ ਲਵਾਂਗੇ ਜੀ ਜੀ ਇਹ ਛਾਪਿਆ ਜੀ 22/6/24 ਨੂੰ ਯਾਨੀ 6ਵੇਂ ਮਹੀਨੇ ਦੀ 22 ਤਰੀਕ ਨੂੰ ਇਹ ਇਹਨਾਂ ਨੇ ਛਾਪਿਆ ਜੀ ਦੈਨਿਕ ਭਾਸਕਰ ਵਾਲਿਆਂ ਨੇ ਉਹਦੇ 'ਚ ਸਭ ਤੋਂ ਪਹਿਲੀ ਗੱਲ ਆ ਇਹ ਇਹਨਾਂ ਨੇ ਲਿਖਿਆ ਪ੍ਰਦੀਪ ਕਲੇਅਰ ਕਿਆ ਦੀ ਥੀ ਗਵਾਈ 6 ਅਹਿਮ ਬਾਤੇ ਜੀ ਠੀਕ ਹੈ ਉਹਦੇ 'ਚ ਕੀ ਕਹਿੰਦਾ ਪਹਿਲੇ ਨੰਬਰ 'ਤੇ ਮੈਂ ਨਹੀਂ ਕਹਿ ਰਿਹਾ ਦੈਨਿਕ ਭਾਸਕਰ ਕਹਿ ਰਿਹਾ ਜਿਨ੍ਹਾਂ ਨੇ
ਇਹਦੀ ਜਿਹੜੀ 164 ਵਾਲੀ ਸਟੇਟਮੈਂਟ ਹੈ ਉਹ ਜੇ ਸਾਰੀ ਨਿਕਲ ਆਈ ਤਾਂ ਇਹਨੂੰ ਇੱਕ ਸਵਾਲ ਹੋਰ ਬਹੁਤ ਤਗੜਾ ਬਣੇਗਾ, ਉਹ ਮੈਂ ਅੱਗੇ ਜਾ ਕੇ ਦੱਸ ਦਿੰਦਾ ਜੀ। ਬਹੁਤ ਬਹੁਤ ਕਸੂਤਾ ਫਸਣ ਜਾ ਰਿਹਾ ਇਹਨਾਂ ਸਟੇਟਮੈਂਟਾਂ 'ਚ, ਬਿਲਕੁਲ ਛੇੜ ਤਾਂ ਲਿਆ ਹੁਣ ਉਹਨਾਂ ਨੇ। ਕਲੀਅਰ ਕੀ ਕਹਿ ਰਿਹਾ, ਹਾਲਾਂਕਿ ਅਸੀਂ ਕੋਈ ਅਕਾਲੀ ਦਲ ਨੂੰ ਡਿਫੈਂਡ ਨਹੀਂ ਕਰ ਰਹੇ, ਉਹ ਸਾਡਾ ਕੰਮ ਨਹੀਂ ਹੈ, ਅਸੀਂ ਇਹਨਾਂ ਦੋਨਾਂ ਧਿਰਾਂ ਦੇ ਜਿਹੜੇ ਬਿਆਨਾਤ ਨੇ ਉਹਦੇ ਆਧਾਰ 'ਤੇ ਗੱਲ ਕਰ ਰਹੇ ਹਾਂ। ਹਾਂਜੀ ਬਿਲਕੁਲ, ਇਹ ਕਹਿੰਦਾ ਜੀ ਮੈਂ 1987 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਜੀ, ਸਾਲ 2014 ਦੇ ਵਿੱਚ ਮੈਨੂੰ ਡੇਰੇ ਦਾ ਰਾਜਨੀਤਿਕ ਵਿੰਗ ਬਣਾਇਆ ਗਿਆ ਸੀ। ਅੱਛਾ, ਜਦੋਂ ਹੁਣ ਗੱਲ ਸ਼ੁਰੂ ਹੁੰਦੀ ਆ, ਕਿਉਂਕਿ ਇਹ ਰੌਲਾ ਕਦੋਂ ਪਿਆ, ਦੇਖੋ 2007 ਵਾਲਾ ਜਦੋਂ ਮਾਮਲਾ ਆਇਆ ਸਾਂਗ ਦਾ ਜੀ, ਗੁਰੂ ਸਾਹਿਬ ਦੀ ਜਿਹੜੀ ਸਾਂਗ ਲਾਈ ਗਈ, ਇਹ ਸਾਰਾ ਕੁਛ ਉੱਥੋਂ ਚੱਲਿਆ, ਅਸੀਂ ਵੀ ਉਸ ਵੇਲੇ ਸੜਕਾਂ 'ਤੇ ਸੀਗੇ ਜੀ, ਅਸੀਂ ਵੀ ਇਹ ਬਹੁਤ ਕੁਛ ਹੋਇਆ। ਅਤੇ ਮੈਨੂੰ ਯਾਦ ਆ ਕਿ ਉਸ ਸਾਰੇ ਜੋ ਵੀ ਪ੍ਰੋਟੈਸਟ ਹੋ ਰਹੇ ਸਨ ਉਹਨਾਂ ਨੂੰ ਔਰਗਨਾਈਜ਼ 'ਤੇ ਜੋ ਲੀਡ ਕਰ ਰਹੇ ਸਨ ਅਕਾਲੀ ਲੀਡਰ ਹੀ ਕਰ ਰਹੇ ਜੀ ਜੀ, ਆਪਣੇ ਇਲਾਕੇ ਦੇ, ਘੱਟੋ ਘੱਟ ਮੈਂ ਆਪਣੇ ਇਲਾਕੇ ਦੀ ਗੱਲ ਕਰ ਦਿੰਦਾ, ਉਹ ਹੈਗੇ ਸੀਗੇ ਜੀ। ਚਲੋ ਹੁਣ ਇਹਦੇ 'ਚ ਕਲੀਅਰ ਕਹਿ ਰਿਹਾ 1987 ਤੋਂ ਆ, ਤਾਂ 87 ਤੋਂ ਮਤਲਬ ਕਿ ਜੇ ਇਹਨਾਂ ਦਾ ਡੇਟ ਆਫ ਬਰਥ ਵੀ ਤੁਸੀਂ 80-85 ਦਾ ਲਾ ਲਓ, 13 ਅਤੇ 8 ਇੰਨੇ ਹੋ ਗਏ 21 ਸਾਲ ਜੀ, 21 ਸਾਲ ਦੇ ਹੋ ਗਏ, ਯਾਨੀ ਬਾਲਗ ਹੋ ਗਿਆ ਸੀ। ਇਹ 2007 ਵਾਲੀ ਗੱਲ ਹੀ ਨਹੀਂ ਕਰਨ ਡਿਆ ਕਿ ਮੈਂ ਉੱਥੇ ਫਸ ਜਾਊਂਗਾ, ਗੁਰੂ ਸਾਹਿਬ ਦੀ ਸਾਂਗ ਤੋਂ ਹੀ ਮਸਲਾ ਵਿਗੜਿਆ ਸੀ ਜੀ, ਬਿਲਕੁਲ ਗੱਲ ਉੱਥੋਂ ਹੀ ਸ਼ੁਰੂ ਹੋਈ ਸੀ, ਗੱਲ ਉੱਥੋਂ ਹੀ ਸ਼ੁਰੂ ਹੋਈ ਆ ਜੀ। ਪਰ ਇਹ ਕਮਾਲ ਦੀ ਗੱਲ ਹੈ, ਕਹਿੰਦਾ ਜੀ ਮੈਨੂੰ ਤਾਂ ਬਸ ਜ਼ਿਆਦਾ ਇਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਜੀ 2008 ਤੋਂ, ਪਹਿਲੀ ਚਲਾਕੀ ਇਹਦੀ ਇਹ ਆ। ਇੱਕ ਵਾਰੀ ਕਹਿ ਰਹੇ 87 ਜੋ ਮੈਂ ਵਿੰਗ 'ਚ ਆ ਗਿਆ, ਆ ਮੈਂ ਤਾਂ ਤੁਹਾਨੂੰ ਕੋਟ ਕਰਕੇ ਦੱਸਿਆ ਕਿ ਜੋ ਦੈਨਿਕ ਭਾਸਕਰ ਨੇ ਇਹਦੀ ਸਟੇਟਮੈਂਟ ਨੂੰ ਨਸ਼ਰ ਕੀਤਾ ਜੀ, ਮੈਂ ਉਹਦੇ ਹਵਾਲੇ ਨਾਲ ਕਹਿ ਰਿਹਾ, ਬਿਲਕੁਲ ਬਿਲਕੁਲ, ਮੈਨੂੰ ਇਹਦੀ ਏਜ ਦਾ ਨਹੀਂ ਪਤਾ। ਹਾਂ, ਜੇ ਉਹ ਮਤਲਬ ਕਿ ਸਟੇਟਮੈਂਟ ਆਪਣੇ ਕੋਲ ਹੂ ਬਹੂ ਕਿਤੇ ਆ ਗਏ ਜੀ ਅਦਾਲਤ ਵਾਲੇ, ਤਾਂ ਮੈਂ ਇੱਕ ਹੋਰ ਸਵਾਲ ਇਹਦੇ ਸਾਹਮਣੇ ਖੜਾ ਕਰਨਾ ਚਾਹਾਂਗਾ ਕਿ ਬਈ ਤੇਰੇ 164 ਦੇ ਬਿਆਨ, ਉਹਦੇ ਵਿੱਚ ਅੱਗੇ ਜਾ ਕੇ ਸਾਰਾ ਕੁਛ ਕਹਿੰਦਾ ਨਾ ਕਿ ਮਹਿੰਦਰਪਾਲ ਬਿੱਟੂ ਇਹਦੀ ਜ਼ਿੰਮੇਵਾਰੀ ਲਾਈ ਗਈ ਜੀ, ਵੀ ਮਤਲਬ ਕਿ ਲੋਕਟ ਵਾਲਾ ਮਾਮਲਾ ਜੋ ਪੰਜਾਬ ਦੀ ਇਨਵੈਸਟੀਗੇਸ਼ਨ ਨੇ ਹੁਣ ਤੱਕ ਕਹਿ ਲਓ ਹਾਂਜੀ, ਕਿ ਹਨੀਪ੍ਰੀਤ ਗੁੱਸੇ 'ਚ ਆ ਗਈ ਲੋਕਡਾਊਨ ਵਾਲੇ ਮਾਮਲੇ ਦੇ ਵਿੱਚ, ਉਹ ਫਿਲਮ ਰੋਕਣ ਦਾ ਸੀਗਾ ਅਤੇ ਇਹ ਚੱਲਦਿਆਂ ਚੱਲਦਿਆਂ ਮਤਲਬ ਕਿ ਬੇਅਦਬੀ ਦੀ ਸਾਜਿਸ਼ ਤੱਕ ਜਾਂਦਾ ਜੀ, ਹੈ ਨਾ। ਤਾਂ ਗੱਲ ਇਹ ਆ ਕਿ ਇਹ ਬਹੁਤ ਵੱਡਾ, ਜੇ ਇਹੀ ਬਿਆਨ ਇਹਦੇ ਹੈਗੇ ਆ 164 ਵਾਲੇ ਬਿਆਨ, ਮੈਂ ਕੋਸ਼ਿਸ਼ ਕਰੂੰਗਾ ਜੇ ਮਿਲ ਗਏ ਤਾਂ ਫਿਰ ਇਹਨੂੰ ਇੱਕ ਬਹੁਤ ਵੱਡਾ ਸਵਾਲ ਹੋਏਗਾ ਕਿ ਮਹਿੰਦਰਪਾਲ ਬਿੱਟੂ ਜਿਹਨੂੰ ਜੇਲ੍ਹ 'ਚ ਕਤਲ ਕੀਤਾ ਗਿਆ ਉਹਦੀ ਇੱਕ ਡਾਇਰੀ ਬਰਾਮਦ ਹੋਈ ਆ, ਉਸ ਡਾਇਰੀ ਤੋਂ ਬਾਅਦ ਹੀ ਆ ਖਟੜਾ ਸਾਹਿਬ ਜਿਹੜੇ ਆ ਨਾ ਇਹਨਾਂ ਨੂੰ ਐਸ ਆਈ ਟੀ ਨੇ ਵਕਤ 'ਚ ਪਾਇਆ ਜੀ, ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਆ ਜੀ ਜੀ। ਉਹ ਡਾਇਰੀ ਜਿਹੜੀ ਆ ਜੋ ਇਹ ਗੱਲ ਕਹਿ ਰਿਹਾ ਕਿ ਆਹ ਜਿਹੜੀ ਕਹਾਣੀ ਦੱਸ ਰਿਹਾ ਕਿ ਹਨੀਪ੍ਰੀਤ ਗੁੱਸੇ 'ਚ ਆ ਗਈ, ਇਹ ਉਹ ਜੋ ਚੱਲਦਾ ਤਾਂ ਉਹ ਜਿਹੜਾ ਆਪਦੀ ਡਾਇਰੀ 'ਚ ਮਰਨ ਵਾਲਾ ਬੰਦਾ ਜੀ ਜੀ, ਆਪਦੀ ਮੌਤ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਉਹ ਡਾਇਰੀ ਲਿਖਦਾ, ਜਿਹੜੀ ਉਹਦੀ ਮੌਤ ਤੋਂ ਬਾਅਦ ਬਰਾਮਦ ਹੋਈ, ਉਹਨੂੰ ਪਤਾ ਨਹੀਂ ਸੀ ਮੈਂ ਮਰ ਜਾਣਾ, ਮੇਰਾ ਕਤਲ ਹੋ ਜਾਏ, ਬਿਲਕੁਲ। ਤਾਂ ਜੋ ਉਹ ਲਿਖਦਾ ਉਹ ਇਹਦੇ ਤੋਂ ਬਿਲਕੁਲ ਉਲਟ ਹੈ, ਉਹ ਕਹਿੰਦਾ ਜੀ ਸਾਨੂੰ ਫਸਾਇਆ ਹੀ ਨਹੀਂ ਜਾ ਚੁੱਕਿਆ, ਸਾਨੂੰ ਇੰਨਾ ਕੁੱਟਿਆ ਗਿਆ ਜੀ, ਇੰਨਾ ਜਲੀਲ ਕੀਤਾ ਗਿਆ, ਮਤਲਬ ਕਿ ਉਹਦੀ ਚਿੱਠੀ ਪੜ੍ਹ ਕੇ ਅਤੇ ਕਹਾਣੀ ਸਾਰੀ ਜਿਹੜੀ ਉਹ ਬਿਲਕੁਲ ਦੂਜੇ ਪਾਸੇ ਤੋਂ ਦੇਖਣ ਲੱਗ ਜਾਂਦੀ ਹੈ। ਸੋ ਕਈ ਸਵਾਲ ਨੇ, ਅਹਿਮ ਸਵਾਲ ਨੇ, ਪਰ ਇਹ ਕਾਫੀ ਕਹਿ ਲਓ ਕਿ ਵੱਡਾ ਪਟਾਰਾ ਖੁੱਲ੍ਹ ਗਿਆ। ਪਰ ਮਸਲਾ ਜਿਹੜਾ ਹੈ ਉਹ ਇਹੋ ਹੈ ਕਿ ਬੇਅਦਬੀ ਜਿਹੜੀ ਸੀਗੀ ਉਹ ਕਿਉਂ ਕਰਵਾਈ ਗਈ ਜੀ। ਹੁਣ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਉਹ ਗੱਲ ਇਸ ਕਰਕੇ ਵੀ ਨਹੀਂ ਕਰਦਾ ਕਿਉਂਕਿ ਉੱਥੇ ਸਵਾਲ ਪੈਦਾ ਹੋਏਗਾ ਕਿ ਕੀ ਅਕਾਲੀ ਇਸ ਸਾਜਿਸ਼ 'ਚ ਸ਼ਾਮਿਲ ਸੀ ਜੀ,
ਇਹ ਇਹ ਬੜਾ ਬੁਨਿਆਦੀ ਨੁਕਤਾ ਬਣ ਜਾਂਦਾ ਹੈ ਨਾ। ਇਹ ਹੁੰਦਾ ਤਾਂ ਨਾਲ ਨਾਲ ਫਿਰ ਪ੍ਰਦੀਪ ਵੀ ਤਾਂ ਹਿੱਸਾ ਹੈ। ਨਹੀਂ 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 ਉਹ ਤਾਂ ਚਲੋ ਹੁਣ ਉਹ ਤਾਂ ਕਹਿੰਦਾ ਕਿ ਜੀ ਦੇਖੋ ਮੈਂ 164 ਦੇ ਬਿਆਨ ਦਰਜ ਕਰਵਾ ਦਿੱਤੇ, ਉਹਦੇ 'ਚ ਕੀ ਆ ਕਿ ਪੰਜਾਬ ਸਰਕਾਰ ਨੇ ਜਾ ਕੇ ਇਹਦੀ ਜ਼ਮਾਨਤ 'ਤੇ ਜਦੋਂ ਬਹਿਸ ਚੱਲ ਰਹੀ ਸੀਗੀ, ਮੈਨੂੰ ਯਾਦ ਆ ਕਿ ਸਰਕਾਰੀ ਵਕੀਲ ਨੇ ਜਾ ਕੇ ਆਖਿਆ ਜੀ ਕਿ ਸਾਨੂੰ ਜ਼ਮਾਨਤ 'ਤੇ ਕੋਈ ਇਤਰਾਜ਼ ਨਹੀਂ, ਸੰਭਾਵਨਾ ਹੈ ਕਿ ਗਾਂਹ ਜਾ ਕੇ ਸਰਕਾਰੀ ਵਕੀਲ ਬਣ ਜਾਏਗਾ, ਗਵਾਹ ਬਣ ਜਾਏਗਾ। ਇਹਦਾ ਮਤਲਬ ਕਿ ਸਰਕਾਰ ਪ੍ਰਦੀਪ ਕਲੇਰ ਨੂੰ ਚਾਹੁੰਦੀ ਹੈ ਕਿ ਇਹ ਬਚ ਜਾਵੇ। ਇਹ ਕਿਉਂ ਚਾਹੁੰਦੀ ਹੈ ਮੈਨੂੰ ਨਹੀਂ ਪਤਾ, ਕਿਤੇ ਨਾ ਕਿਤੇ ਉਹਨੂੰ ਸਰਕਾਰੀ ਗਵਾਹ ਬਣਾ ਕੇ ਕੀ ਸਜ਼ਾ ਦਵਾਉਣੀ ਚਾਹੁੰਦੇ ਜਾਂ ਉਹਨੂੰ ਬਚਾਉਣਾ ਚਾਹੁੰਦੇ ਜਾਂ ਕਿਸੇ ਹੋਰ ਨੂੰ ਬਚਾਉਣਾ ਚਾਹੁੰਦੇ, ਕਿਉਂਕਿ ਹੁਣ ਸਾਰਾ ਕੇਸ ਤਾਂ ਟਿਕ ਜੂ ਇਹਦੇ ਤੇ, ਮਹਿੰਦਰਪਾਲ ਬਿੱਟੂ ਵਿੱਚੋਂ ਨਿਕਲ ਗਿਆ। ਜਾਂ ਤਾਂ ਇਹਦੇ ਬਿਆਨਾਂ ਤੇ ਮੁੜ ਕੇ ਗਾਂ, ਜੇ ਹਨੀਪ੍ਰੀਤ ਵਾਲਾ ਬਿਆਨ ਸਹੀ ਹੈ ਤਾਂ ਹਨੀਪ੍ਰੀਤ ਨੂੰ ਲਿਆਓ ਜੀ, ਜਦੋਂ ਉਹਨੂੰ ਲਿਆਓਗੇ ਉਹ ਨਾਂ ਲਵੇ ਅੱਗੋਂ, ਨਾਂ ਲਵੇ ਲਵੇ ਅੱਗੋਂ ਕਿ ਕਿਹਦੇ ਕਹਿਣ ਤੇ ਕਰਵਾਈ ਸੀਗੀ, ਤਾਂ ਕੜੀ ਨਾਲ ਕੜੀ ਜੁੜ ਗਈ ਨਾ, ਬਿਲਕੁਲ ਤਾਂ ਫਿਰ ਮੰਤਵ ਵੀ ਪਤਾ ਲੱਗ ਜਾਏਗਾ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਜੋ ਇਹ ਗੱਲ ਕਹਿ ਰਿਹਾ ਬੇਅਦਬੀ ਤੋਂ ਇਸ ਕਰਕੇ ਕਿਉਂਕਿ ਇੱਕ ਤਾਂ ਇਹਨੇ ਸਰਕਾਰੀ ਗਵਾਹ ਬਣਨਾ ਹੈ ਜੀ, ਤੇ ਅਦਾਲਤਾਂ 'ਚ ਮੁੜ ਕੇ ਇੰਟਰਵਿਊ ਜਿਹੜੀਆਂ ਹੁੰਦੀਆਂ ਨੇ ਲੱਗ ਜਾਂਦੀਆਂ ਨੇ, ਲੱਗ ਜਾਂਦੀਆਂ ਨੇ ਕਿ ਇਹਨੇ ਤੇ ਜੀ ਪਹਿਲਾਂ ਹੀ ਜਾ ਕੇ ਰੌਲਾ ਪਾ ਦਿੱਤਾ। ਸੋ ਇਸ ਕਰਕੇ ਇੱਕ ਤੇ ਇਸ ਕਰਕੇ ਬਚ ਰਿਹਾ, ਦੂਜੇ ਨੂੰ ਜਵਾਬ ਦੇਣਾ ਪਊਗਾ ਬਿਲਕੁਲ ਕਿ ਕੀ ਇਹ ਇਕੱਲੀ ਡੇਰੇ ਦੀ ਸਾਜਿਸ਼ ਸੀਗੀ ਜਾਂ ਅਕਾਲੀਆਂ ਦੀ ਵੀ ਸਾਜਿਸ਼ ਸੀ। ਤਾਂ 50% ਤੇ ਜੇ ਮੰਨ ਲਓ ਇਹ ਡੇਰੇ ਦੀ ਹੈ ਤਾਂ 50% ਤੇ ਸਗੋਂ ਸੁਖਬੀਰ ਨੂੰ ਇਹਦਾ ਫਾਇਦਾ ਹੋ ਗਿਆ, ਬਿਲਕੁਲ 50% ਤੇ ਸੁਖਬੀਰ ਸਿੰਘ ਬਾਦਲ ਨੂੰ ਫਾਇਦਾ ਹੋ ਗਿਆ ਕਿਉਂਕਿ ਉਹਨਾਂ ਤੇ ਇਲਜ਼ਾਮ ਲੱਗਦਾ ਲੱਗਦਾ ਬਿਲਕੁਲ ਕਿ ਕਥਿਤ ਤੌਰ ਤੇ ਇਹ ਅਕਾਲੀਆਂ ਨੇ ਕਰਵਾਈਆਂ ਜੀ, ਤਾਂ ਘੱਟੋ ਘੱਟ ਇਸ ਰੋਗ ਤੋਂ ਸੇਫ ਹੋ ਜਾਣਗੇ। ਫਿਰ ਰਹਿ ਜੂਗਾ ਮਾਫੀ ਵਾਲਾ ਮੁੱਦਾ, ਉਹ ਵੀ ਆਪਾਂ ਉਹਦੇ ਤੇ ਵੀ ਆ ਜਾਂਦੇ ਹਾਂ ਜੀ।